ਇੱਕ ਕੇਸ ਨਹੀਂ ਹੈ ਸਾਡੇ ਕੋਲ, ਇੰਨੀ ਲਿਸਟ ਬਣੀ ਪਈ ਜਿਹੜੀ ਕਾਲ ਆ ਰਹੀਆਂ ਨੇ ਹਰਿਆਣੇ ਤੋਂ ਵਿਜੇ ਜੀ ਨੇ, ਜਿਨ੍ਹਾਂ ਦੀ ਬੇਟੀ ਔਰ ਉਹਨਾਂ ਦੀ ਜਿਹੜੀ ਪਤਨੀ ਉਹ ਲੈ ਗਏ ਨੇ ਸਾਈ, ਅਤੇ ਉਹਨਾਂ ਦੇ ਪਰਚੇ ਕਰਾ ਦਿੱਤੇ ਨੇ। ਹੁਣ ਮੇਰੀ ਜਿਹੜੀ ਪ੍ਰਸ਼ਾਸਨ ਨਾਲ ਇਹ ਨਾਰਾਜ਼ਗੀ ਇਹ ਹੈ ਵੀ ਇਹੋ ਜਿਹੇ ਠੱਗ, ਇਹੋ ਜਿਹੇ ਚੋਰ ਸ਼ਰੇਆਮ ਘੁੰਮ ਰਹੇ ਨੇ ਅਤੇ ਜਿਹੜੇ ਪੀੜਿਤ ਨੇ ਉਹਨਾਂ ਦੇ ਪਰਚੇ ਹੋ ਰਹੇ ਨੇ। ਅਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਨਾਮ ਦਾ ਅਸੀਂ ਮੰਗ ਪੱਤਰ ਭੇਜਿਆ ਆ ਅਤੇ ਇੱਕ ਕੰਪਲੇਂਟ CP ਸਾਹਿਬ ਨੂੰ ਦਿੱਤੀ ਹੈ ਕਿ ਉਹਨਾਂ ਨੇ ਸਿੱਧਾ ਹੀ ਸਾਡੀ ਕਮਿਊਨਿਟੀ ਨੂੰ ਥ੍ਰੈਟ ਕੀਤਾ, ਸਾਡੀ ਪਾਕ ਪਵਿੱਤਰ ਬਾਈਬਲ ਨੂੰ ਉਹਨਾਂ ਨੇ ਜਾਲੀ ਦੱਸਿਆ ਆ ਅਤੇ ਸਾਡੇ ਨੌਜਵਾਨਾਂ ਨੂੰ ਬੇਇੱਜ਼ਤ ਕੀਤਾ ਆ, ਸਾਡੇ ਪਾਸਟਰਾਂ ਨੂੰ ਬੇਇੱਜ਼ਤ ਕੀਤਾ ਆ ਕਿ ਜਿਹੜਾ ਇਹ ਪ੍ਰਚਾਰ ਕਰਦੇ ਆ ਇਹ ਪਖੰਡ ਹੈ। ਸੋ ਇਹ ਜਿਹੜੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਾਂ ਪ੍ਰਸ਼ਾਸਨ ਦੀ ਛਤਰ ਛਾਇਆ ਹੇਠ ਜੋ ਲੁੱਟ ਖਸੁੱਟ ਹੋ ਰਹੀ ਹੈ, ਜੇ ਬੰਦ ਨਾ ਕੀਤੀ ਗਈ ਤਾਂ ਬਹੁਤ ਵੱਡਾ ਮੋਰਚਾ ਖੜ੍ਹਾ ਹੋਏਗਾ ਔਰ ਬਹੁਤ ਜ਼ਿਆਦਾ ਜਿਹੜਾ ਬਵਾਲ ਖੜ੍ਹਾ ਹੋ ਸਕਦਾ ਹੈ। ਇਸ ਕਰਕੇ ਮੇਰੀ ਇਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਨੱਥ ਪਾਈ ਜਾਵੇ। ਔਰ ਪਿਛਲੇ ਦਿਨਾਂ ਦੇ ਵਿੱਚ ਬਾਬਾ ਗੁਰਪ੍ਰੀਤ ਨੇ ਔਰ ਸਾਥੀਆਂ ਨੇ ਬਾਈਬਲ ਨੂੰ ਗੰਦ ਦੱਸਿਆ, ਕੂੜਾ ਦੱਸਿਆ, ਕ੍ਰਿਸਚਨ ਭਾਈਚਾਰੇ ਨੂੰ ਭੱਦੀ ਸ਼ਬਦਾਲਵੀ ਦੇ ਨਾਲ ਸੰਬੋਧਿਤ ਕੀਤਾ ਔਰ ਬਾਈਬਲ ਨੂੰ ਇਹ ਕਿਹਾ ਵੀ ਬਾਈਬਲ ਨਕਲੀ ਆ। ਸੋ ਅਸੀਂ ਕਿਸੇ ਧਰਮ ਗ੍ਰੰਥ ਬਾਰੇ ਬੋਲਦੇ ਨਹੀਂ ਹਾਂ, ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਵੀ ਸਾਡੇ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਦੇ ਬਾਰੇ ਕੋਈ ਭੱਦੀ ਸ਼ਬਦਾਵਲੀ ਵਰਤੇ। ਸਾਡੇ ਵਰਗੇ ਬਾਹਰੋਂ ਆਉਂਦੇ ਨੇ, ਆਵਾਜ਼ ਚੁੱਕ ਕੇ ਮੋਰਚਾ ਖੋਲ੍ਹ ਕੇ ਆ ਭੱਜ ਜਾਂਦੇ ਨੇ। ਸੋ ਹੁਣ ਇੱਦਾਂ ਦਾ ਕੁਛ ਨਹੀਂ ਹੋਣ ਵਾਲਾ। ਮੇਰੇ ਜਿਹੜਾ ਪਾਸਪੋਰਟ ਹੈ ਤੁਹਾਨੂੰ ਇਹਨਾਂ ਈਸਾਈਆਂ ਕਹਿ ਦਿੱਤਾ ਅਤੇ ਉਹ ਜ਼ਬਤ ਕਰਾ ਦੇਣਾ ਇਹਨਾਂ ਨੇ ਅਤੇ ਮੇਰੀ ਮੌਜ ਲੱਗ ਜਾਣੀ, ਬਾਹਰ ਮੈਂ ਜਾ ਨਹੀਂ ਸਕਾਂਗਾ। ਅਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਨਾਮ ਦਾ ਅਸੀਂ ਮੰਗ ਪੱਤਰ ਭੇਜਿਆ ਆ, ਮੰਗ ਕਰਦਾ ਹਾਂ ਕਿ ਜਿਹੜਾ ਬਾਹਰੋਂ ਆ ਕੇ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦਾ, ਦੰਗੇ ਕਰਾਉਣਾ ਚਾਹੁੰਦਾ, ਉਹਦੇ 'ਤੇ ਕਾਨੂੰਨ ਇੱਦਾਂ ਦਾ ਲਾ ਕੇ ਇੱਕ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ, ਦੂਜਾ ਉਹਨੂੰ ਉਹਦੇ ਮੁਲਕ ਦੇ ਵਿੱਚ ਡਿਪੋਰਟ ਕੀਤਾ ਜਾਵੇ। ਮੇਰਾ ਕ੍ਰਿਸਚਨ ਕੰਟਰੀਆਂ ਨੂੰ ਵੀ ਇੱਕ ਮੰਗ ਹੈ ਕਿ ਜਿਹੜੇ ਉੱਥੋਂ ਲੋਕ ਆ ਕੇ ਉੱਥੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ, ਉਹਨਾਂ ਦੀ ਸਿਟੀਜ਼ਨਸ਼ਿਪ ਕੈਂਸਲ ਕੀਤੀ ਜਾਵੇ ਅਤੇ ਨਾ ਉਹ ਇੱਥੇ ਦੇ ਰਹਿਣ ਨਾ ਉਹ ਉੱਥੇ ਦੇ ਰਹਿਣ। ਅਸੀਂ ADC ਸਾਹਿਬ ਨੂੰ ਇਹ ਬੇਨਤੀ ਕੀਤੀ, ਉਹ ਕਹਿੰਦੇ ਮੇਰੀ ਬੇਟੀ ਆਪ ਕ੍ਰਿਸਚਨ ਸਕੂਲ 'ਚ ਪੜ੍ਹਦੀ ਆ। ਸੋ ਕ੍ਰਿਸਚਨ ਸਕੂਲ 'ਚ ਵੇਖੋ ਵੱਡੇ ਵੱਡੇ ਪੜ੍ਹ ਕੇ ਅਫਸਰ ਜਿਹੜੇ ਆ ਲੱਗੇ, IPS ਬਣੇ ਆ, PPS ਬਣੇ ਆ, ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕ ਹਾਂ। ਅਸੀਂ ਅੱਜ ਮੰਗ ਕਰਦੇ ਹਾਂ ਸਮੁੱਚਾ ਮਸੀਹ ਭਾਈਚਾਰਾ ਵੀ ਇਹਨਾਂ 'ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, 295A ਦਾ ਪਰਚਾ ਦਰਜ ਕਰਕੇ ਹੋਰ ਵੱਖ ਵੱਖ ਧਾਰਾਂ ਲਗਾ ਕੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਸੁੱਟਿਆ ਜਾਵੇ। ਅੱਜ ਅਸੀਂ DC ਆਫਿਸ DC ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ। ਸ਼ਾਇਦ DC ਸਾਹਿਬ ਕਿਸੇ ਮੀਟਿੰਗ ਦੇ ਵਿੱਚ ਬਿਜ਼ੀ ਸੀ ਕਿਉਂਕਿ ਉਹਨਾਂ ਨੂੰ ਬਹੁਤ ਕਾਰਜ ਹੁੰਦੇ ਆ ਅਤੇ ADC ਸਾਹਿਬ ਨਾਲ ਮੁਲਾਕਾਤ ਹੋਈ ਹੈ ਅਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਨਾਮ ਦਾ ਅਸੀਂ ਮੰਗ ਪੱਤਰ ਭੇਜਿਆ ਆ ਕਿਉਂਕਿ ਉਹਨਾਂ ਨੂੰ ਯਾਦ ਕਰਾਉਣਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਮਸੀਹ ਭਾਈਚਾਰਾ ਵੀ ਵਸਦਾ ਆ ਅਤੇ ਮਸੀਹ ਭਾਈਚਾਰਾ ਜੋ ਉਹ ਕਹਿੰਦੀਆਂ ਜਨਗਣਨਾ ਉਹ ਨਹੀਂ ਹੈ। ਬਾਬੇ ਨੇ ਜੋ ਗੱਲ ਕਹੀ ਹੈ ਵੀ ਮੱਧਮ ਸ਼ੁਮਾਰੀ ਕਰਾਉਣੀ ਜ਼ਰੂਰੀ ਹੈ ਕਿਉਂਕਿ ਉਹ ਗੱਲ ਆ ਜਾਂਦੀ ਹੈ ਜਿਹਦੀ ਜਿੰਨੀ ਭਾਗੇਦਾਰੀ ਉਹਦੀ ਉਨੀ ਹਿੱਸੇਦਾਰੀ। ਅੱਜ ਸਾਡੀ ਭਾਗੇਦਾਰੀ ਚੌਥੇ ਹਿੱਸੇ 'ਚ ਪੰਜਾਬ 'ਚ ਪਹੁੰਚ ਚੁੱਕੀ ਹੈ, ਪਹਿਲਾਂ ਵੀ ਚੌਥੇ ਹਿੱਸੇ 'ਚ ਸੀ। ਸਾਡੇ ਨਾਲ ਘਾਣ ਕੀਤਾ ਜਾਂਦਾ ਹੈ, ਮੱਧਮ ਸ਼ੁਮਾਰੀ ਦੇ ਵਿੱਚ ਸਾਡੇ ਪੜਦਾਦਿਆਂ ਦਾ ਨਾਂ ਲੈ ਪੁੱਛਿਆ ਜਾਂਦਾ ਹੈ, ਜਦਕਿ ਸਾਨੂੰ ਆਪ ਵੀ ਆਪਣੇ ਪੜਦਾਦੇ ਦਾ ਨਾਮ ਮੈਨੂੰ ਨਹੀਂ ਪਤਾ, ਬਾਕੀਆਂ ਦਾ ਮੈਨੂੰ ਪਤਾ ਨਹੀਂ, ਮੈਨੂੰ ਦਾਦੇ ਤੱਕ ਪਤਾ ਆ। ਅਤੇ ਇਹ ਕੀ ਗੱਲ ਹੈ, ਇਹ ਜਾਣ ਕੇ ਚਾਲਬਾਜ਼ੀ ਦੇ ਨਾਲ ਇੱਦਾਂ ਦੀ ਸਿਆਸਤ ਖੇਡੀ ਜਾਂਦੀ ਹੈ ਕਿ ਅਸੀਂ ਜਨਗਣਨਾ 'ਚ ਪੂਰੇ ਨਾ ਹੋ ਸਕੀਏ। ਅੱਜ ਮੰਗ ਪੱਤਰ ਅਸੀਂ ਦਿੱਤਾ ਹੈ DC ਸਾਹਿਬ ਨੂੰ ਅਤੇ ਇੱਕ ਕੰਪਲੇਂਟ CP ਸਾਹਿਬ ਨੂੰ ਦਿੱਤੀ ਹੈ ਕਿ ਉਹਨਾਂ ਨੇ ਸਿੱਧਾ ਹੀ ਸਾਡੀ ਕਮਿਊਨਿਟੀ ਨੂੰ ਥ੍ਰੈਟ ਕੀਤਾ, ਸਾਡੀ ਪਾਕ ਪਵਿੱਤਰ ਬਾਈਬਲ ਨੂੰ ਉਹਨਾਂ ਨੇ ਜਾਲੀ ਦੱਸਿਆ ਆ ਅਤੇ ਸਾਡੇ ਨੌਜਵਾਨਾਂ ਨੂੰ ਬੇਇੱਜ਼ਤ ਕੀਤਾ ਆ, ਸਾਡੇ ਪਾਸਟਰਾਂ ਨੂੰ ਬੇਇੱਜ਼ਤ ਕੀਤਾ ਆ ਕਿ ਜਿਹੜਾ ਇਹ ਪ੍ਰਚਾਰ ਕਰਦੇ ਆ ਇਹ ਪਖੰਡ ਹੈ। ਇਹ ਰਿਚੁਅਲਸ ਨੇ, ਮੈਂ ਤੁਹਾਨੂੰ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਸਾਡੇ 3 ਤਰ੍ਹਾਂ ਦੇ ਪ੍ਰਚਾਰ ਹੁੰਦੇ ਨੇ, ਇੱਕ ਕੈਥੋਲਿਕ ਪ੍ਰਚਾਰ, ਇੱਕ ਪ੍ਰੋਟੈਸਟੈਂਟ ਪ੍ਰਚਾਰ ਅਤੇ ਇੱਕ ਪੈਂਟੀਕੋਸਟਲ ਪ੍ਰਚਾਰ। ਕੈਥੋਲਿਕ ਦਾ ਪ੍ਰਚਾਰ ਪੈਂਟੀਕੋਸਟਲ ਨਾਲ ਮੇਲ ਨਹੀਂ ਖਾਂਦਾ, ਪ੍ਰੋਟੈਸਟੈਂਟ ਦਾ
ਪੈਂਟੀਕੋਸਟਲ ਨਾਲ ਨਹੀਂ ਖਾਂਦਾ। ਸਭ ਦਾ ਅਲੱਗ ਅਲੱਗ ਅਤੇ ਸਭ ਦਾ ਅਲੱਗਦਾ ਅਲੱਗਦਾ ਤਰੀਕਾ ਆ। ਜਿਸ ਤਰੀਕੇ ਵੀ ਪ੍ਰਚਾਰ ਹੁੰਦਾ ਆ ਉਹ ਪਵਿੱਤਰ ਬਾਈਬਲ ਦਾ ਹਿੱਸਾ ਆ, ਚਾਹੇ ਉਹ ਹਾਂ ਉਹ ਯੇਸੂ ਦਾ ਹੀ ਹੁੰਦਾ ਆ ਅਤੇ ਪਵਿੱਤਰ ਬਾਈਬਲ ਦਾ ਹਿੱਸਾ ਆ, ਚਾਹੇ ਪੁਰਾਣਾ ਨੇਮ ਹੋਵੇ ਅਤੇ ਚਾਹੇ ਨਵਾਂ ਨੇਮ ਹੋਵੇ। ਟਾਈਮ ਟੂ ਟਾਈਮ ਚਿੰਨ੍ਹ ਵੀ ਹੁੰਦੇ ਰਹੇ, ਚਮਤਕਾਰ ਵੀ ਹੁੰਦੇ ਰਹੇ, ਮੁਰਦੇ ਵੀ ਜਿਉਂਦੇ ਹੁੰਦੇ ਰਹੇ, ਲੰਗੜੇ ਵੀ ਚੱਲਦੇ ਰਹੇ, ਕੋਹੜੀ ਵੀ ਠੀਕ ਹੁੰਦੇ ਰਹੇ, ਅੰਨੇ ਵੀ ਠੀਕ ਹੁੰਦੇ ਰਹੇ, ਭੁੱਖਾਂ ਦੀ ਭੁੱਖ ਮਿਟਦੀ ਰਹੀ। ਕਿਉਂਕਿ ਪ੍ਰਭੂ ਯੇਸੂ ਮਸੀਹ ਦਾ ਨਾਮ ਪਹਿਲਾਂ ਕਾਇਮ ਸੀ, ਹੁਣ ਕਾਇਮ ਹੈ ਅਤੇ ਹਮੇਸ਼ਾ ਕਾਇਮ ਰਹੇਗਾ। ਮੈਂ ਪੰਜਾਬ ਪੁਲਿਸ ਤੋਂ ਇਹ ਮੰਗ ਕਰਦਾ ਹਾਂ ਕਿ ਜਿਹੜਾ ਬਾਹਰੋਂ ਆ ਕੇ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦਾ, ਦੰਗੇ ਕਰਾਉਣਾ ਚਾਹੁੰਦਾ, ਉਹਦੇ 'ਤੇ ਕਾਨੂੰਨ ਇੱਦਾਂ ਦਾ ਲਾ ਕੇ ਇੱਕ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ, ਦੂਜਾ ਉਹਨੂੰ ਉਹਦੇ ਮੁਲਕ ਦੇ ਵਿੱਚ ਡਿਪੋਰਟ ਕੀਤਾ ਜਾਵੇ। ਮੇਰਾ ਕ੍ਰਿਸਚਨ ਕੰਟਰੀਆਂ ਨੂੰ ਵੀ ਇੱਕ ਮੰਗ ਆ ਕਿ ਜਿਹੜੇ ਉੱਥੋਂ ਲੋਕ ਆ ਕੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ, ਉਹਨਾਂ ਦੀ ਸਿਟੀਜ਼ਨਸ਼ਿਪ ਕੈਂਸਲ ਕੀਤੀ ਜਾਵੇ ਅਤੇ ਨਾ ਉਹ ਇੱਥੇ ਦੇ ਰਹਿਣ ਨਾ ਉਹ ਉੱਥੇ ਦੇ ਰਹਿਣ। ਥੈਂਕ ਯੂ। ਐਮ ਸੀ ਦੀ, ਮੇਰਾ ਨਾਮ ਜਤਿੰਦਰ ਮਸੀਹ ਗੌਰਵ ਹੈ, ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਹਾਂ। ਅੱਜ ਤੁਸੀਂ ਦੇਖਿਆ ਲੁਧਿਆਣਾ ਦੇ ਵਿੱਚ ਸਮੁੱਚਾ ਮਸੀਹ ਭਾਈਚਾਰਾ ਇਕੱਠਾ ਹੋਇਆ, ਸਾਡੇ ਵੱਖ ਵੱਖ ਜਥੇਬੰਦੀਆਂ ਤੋਂ ਸਾਡੇ ਲੀਡਰ ਸਾਹਿਬਾਨ ਇਕੱਠੇ ਹੋਏ ਨੇ, ਪਾਸਟਰ ਸਾਹਿਬਾਨ ਇਕੱਠੇ ਹੋਏ ਨੇ, ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਰਾਰਤੀ ਬਾਬਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ, ਸਿੱਖ ਭਾਈਚਾਰੇ ਨੂੰ ਔਰ ਕ੍ਰਿਸਚਨ ਭਾਈਚਾਰੇ ਨੂੰ ਆਪਸ 'ਚ ਲੜਾਉਣਾ ਚਾਹੁੰਦਾ, ਮੈਂ ਬੇਨਤੀ ਕਰਨਾ ਚਾਹੁੰਦਾ ਵੀ ਸਿੱਖ ਜਿਹੜੇ ਸਾਡੇ ਵੱਡੇ ਭਰਾ ਨੇ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਕੁਰਾਨ ਸ਼ਰੀਫ ਦਾ ਵੀ ਸਤਿਕਾਰ ਕਰਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸਤਿਕਾਰ ਕਰਦੇ ਹਾਂ, ਭਗਵਤ ਗੀਤਾ ਦਾ ਸਤਿਕਾਰ ਕਰਦੇ ਹਾਂ, ਪਵਿੱਤਰ ਬਾਈਬਲ ਦਾ ਸਤਿਕਾਰ ਕਰਨ ਵਾਲੇ ਅਸੀਂ ਲੋਕ ਹਾਂ, ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਹਾਂ। ਮਗਰ ਇਹ ਲੋਕ ਜਿਹੜੇ ਹੈਗੇ, ਇਹਨਾਂ ਦੀ ਇਹ ਮੰਸ਼ਾ ਵਾ ਵੀ ਕਿੱਦਾਂ ਆਪਸੀ ਜਿਹੜੇ ਦੰਗੇ ਕਰਵਾਈ ਜਾਣ, ਭਾਈਚਾਰਕ ਸਾਂਝ ਖਰਾਬ ਕੀਤੀ ਜਾਵੇ, ਔਰ ਅਸੀਂ ਇਹਨਾਂ ਦੇ ਖਿਲਾਫ਼ ਹਾਂ। ਔਰ ਪਿਛਲੇ ਦਿਨਾਂ ਦੇ ਵਿੱਚ ਬਾਬਾ ਗੁਰਪ੍ਰੀਤ ਨੇ ਔਰ ਸਾਥੀਆਂ ਨੇ ਬਾਈਬਲ ਨੂੰ ਗੰਦ ਦੱਸਿਆ, ਕੂੜਾ ਦੱਸਿਆ, ਕ੍ਰਿਸਚਨ ਭਾਈਚਾਰੇ ਨੂੰ ਭੱਦੀ ਸ਼ਬਦਾਲਵੀ ਦੇ ਨਾਲ ਸੰਬੋਧਿਤ ਕੀਤਾ ਔਰ ਬਾਈਬਲ ਨੂੰ ਇਹ ਕਿਹਾ ਵੀ ਬਾਈਬਲ ਨਕਲੀ ਆ। ਸੋ ਅਸੀਂ ਕਿਸੇ ਧਰਮ ਗ੍ਰੰਥ ਬਾਰੇ ਬੋਲਦੇ ਨਹੀਂ ਹਾਂ, ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਵੀ ਸਾਡੇ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਦੇ ਬਾਰੇ ਕੋਈ ਭੱਦੀ ਸ਼ਬਦਾਵਲੀ ਵਰਤੇ। ਅੱਜ ਅਸੀਂ ਡੀਸੀ ਸਾਹਿਬ ਨੂੰ ਵੀ ਮਿਲੇ ਹਾਂ ਔਰ ਇੱਕ ਇਹਨਾਂ ਨੇ ਹੋਰ ਗੱਲ ਕੀਤੀ ਵੀ ਜਿਹੜੇ ਕ੍ਰਿਸਚਨ ਸਕੂਲ ਆ ਉੱਥੇ ਕ੍ਰਿਸ਼ਨਾ ਦੇ ਬੱਚੇ ਖਾਲੀ ਪੜ੍ਹਦੇ ਨੇ। ਅਸੀਂ ਏ ਡੀ ਸੀ ਸਾਹਿਬ ਨੂੰ ਇਹ ਬੇਨਤੀ ਕੀਤੀ, ਉਹ ਕਹਿੰਦੇ ਮੇਰੀ ਬੇਟੀ ਆਪ ਕ੍ਰਿਸਚਨ ਸਕੂਲ 'ਚ ਪੜ੍ਹਦੀ ਆ। ਸੋ ਕ੍ਰਿਸਚਨ ਸਕੂਲ 'ਚ ਵੇਖੋ ਵੱਡੇ ਵੱਡੇ ਪੜ੍ਹ ਕੇ ਅਫਸਰ ਜਿਹੜੇ ਆ ਲੱਗੇ, IPS ਬਣੇ ਆ, PPS ਬਣੇ ਆ, ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕ ਹਾਂ। ਅਸੀਂ ਅੱਜ ਮੰਗ ਕਰਦੇ ਹਾਂ ਸਮੁੱਚਾ ਮਸੀਹ ਭਾਈਚਾਰਾ ਵੀ ਇਹਨਾਂ 'ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, 295 ਏ ਦਾ ਪਰਚਾ ਦਰਜ ਕਰਕੇ ਹੋਰ ਵੱਖ ਵੱਖ ਧਾਰਾਂ ਲਗਾ ਕੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਸੁੱਟਿਆ ਜਾਵੇ। ਸਰ ਸਿੱਧੀ, ਅੱਜ ਅਸੀਂ ਇਸ ਜਗ੍ਹਾ ਦੇ ਉੱਤੇ ਮੰਗ ਪੱਤਰ ਦੇਣ ਵਾਸਤੇ ਆਏ ਹਾਂ, ਜਿਹੜਾ ਬਾਬਾ ਜੀ ਬਾਬਾ ਗੁਰਪ੍ਰੀਤ ਹੈ ਔਰ ਉਹਨਾਂ ਦੇ ਨਾਲ ਹੋਰ 3-4 ਸਾਥੀ ਨੇ, ਉਹ ਬਹੁਤ ਮਸੀਹਾਂ ਦੇ ਖਿਲਾਫ਼ ਜ਼ਹਿਰ ਉਗਲ ਰਹੇ ਨੇ, ਮਸੀਹ ਭਾਈਚਾਰੇ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ। ਅਸੀਂ CP ਸਾਹਿਬ ਨੂੰ ਮਿਲੇ ਹਾਂ, DC ADC ਸਾਹਿਬ ਨੂੰ ਮਿਲੇ ਹਾਂ, ਮੰਗ ਪੱਤਰ ਦਿੱਤੀ ਹੈ ਕਿ ਇਹੋ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਕਤਲੇਆਮ ਕਰਾਉਣਾ ਚਾਹੁੰਦੇ ਨੇ, ਇਹਨਾਂ ਨੂੰ ਨੱਥ ਪਾਈ ਜਾਏ, ਇਹ ਬਾਬੇ ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਜਾਵੇ। ਉਹਨੇ ਇੱਕ ਗੱਲ ਹੋਰ ਕਹੀ ਹੈ ਕਿ ਮੈਂ ਪਹਿਲਾਂ 15-16 'ਚ ਆਇਆ ਸੀ, ਉਦੋਂ ਮੈਂ ਇਹ ਲੜਾਈ ਝਗੜੇ 'ਤੇ ਗੰਦ ਪਾ ਕੇ ਗਿਆ ਸੀ, ਹੁਣ ਫਿਰ ਮੈਂ ਸਾਰਿਆਂ ਦੇ ਗੋਡੇ ਲਵਾ ਕੇ ਜਾਣੇ ਆ। ਸਰਕਾਰ ਦੇ ਅੱਗੇ, CP ਸਾਹਿਬ ਦੇ ਅੱਗੇ, ਪੂਰੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹੋ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ, ਲੋਕਾਂ ਨੂੰ ਭੜਕਾਉਂਦੇ ਨੇ, ਸਾਡੇ ਸਿੱਖ ਭਾਈਚਾਰਾ ਹਿੰਦੂ ਭਾਈਚਾਰੇ ਵਿੱਚ ਜੋ ਵਿਖਾਦ ਖੜਾ ਕਰਦੇ ਨੇ, ਇਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਏ ਜਾਂ ਇਹਨੂੰ ਸਲਾਖਾਂ ਦੇ ਪਿੱਛੇ ਬੰਦ ਕੀਤਾ ਜਾਏ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਕੋਲ ਸਰਦਾਰ ਮਨਜੀਤ ਸਿੰਘ ਹੁਣੀ ਜਿਹੜੇ ਖਾਸੇ ਤੋਂ ਚੱਲ ਕੇ ਆਏ ਨੇ, ਕਿਉਂਕਿ ਜਿਹੜੀ ਆਪਾਂ ਇੱਕ ਆਵਾਜ਼ ਚੁੱਕੀ ਸੀ ਝੂਠ ਦੇ ਪਾਖੰਡ ਦੇ ਖਿਲਾਫ਼, ਉਹ ਜਿੱਥੇ ਜਿੱਥੇ ਪਹੁੰਚ ਰਹੀ ਹੈ, ਜਿੱਥੇ ਜਿੱਥੇ ਕੋਈ ਦੁਖੀ ਹੈ ਕੌਲਾਂ ਕਰ ਰਹੇ ਨੇ, ਇਹ ਸਾਡੇ ਗਵਾਂਢੀ ਸੀ ਖਾਸੀਅਤ ਉੱਤੇ ਇਹ ਆ ਗਏ ਨੇ। ਤੁਸੀਂ ਸੁਣ ਲਿਆ ਵੀ ਕਿਸ ਤਰ੍ਹਾਂ ਇਹਨਾਂ ਨਾਲ ਜਿਹੜੀ ਇੱਕ ਫਾਈਨੈਂਸ਼ੀਅਲ ਲੁੱਟ ਕਸੁੱਟ ਹੋਈ ਹੈ, ਮਾਤਾ ਜੀ ਨੂੰ ਕਿਵੇਂ ਠੱਗਿਆ ਗਿਆ, ਇਹ ਇੱਕ ਕੇਸ ਨਹੀਂ ਹੈ। ਸਾਡੇ ਕੋਲ ਇੰਨੀ ਲਿਸਟ ਬਣੀ ਪਈ ਜਿਹੜੀ ਕੌਲਾਂ ਆ ਰਹੀਆਂ ਨੇ ਹਰਿਆਣੇ ਤੋਂ, ਵਿਜੇ ਜੀ ਨੇ ਜਿਨ੍ਹਾਂ ਦੀ ਬੇਟੀ ਔਰ ਉਹਨਾਂ ਦੀ ਜਿਹੜੀ ਪਤਨੀ ਉਹ ਲੈ ਗਏ ਨੇ ਸਾਈ, ਅਤੇ ਉਹਨਾਂ ਦੇ ਪਰਚੇ ਕਰਾ ਦਿੱਤੇ ਨੇ। ਹੁਣ ਮੇਰੀ ਜਿਹੜੀ ਪ੍ਰਸ਼ਾਸਨ ਨਾਲ ਇਹ ਨਾਰਾਜ਼ਗੀ ਇਹ ਹੈ
ਵੀ ਇਹੋ ਜਿਹੇ ਠੱਗ ਇਹੋ ਜਿਹੇ ਚੋਰ ਸ਼ਰੇਆਮ ਘੁੰਮ ਰਹੇ ਨੇ ਅਤੇ ਜਿਹੜੇ ਪੀੜਿਤ ਨੇ ਉਹਨਾਂ ਦੇ ਪਰਚੇ ਹੋ ਰਹੇ ਨੇ। ਸੋ ਇਹ ਜਿਹੜੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਾਂ ਪ੍ਰਸ਼ਾਸਨ ਦੀ ਛਤਰਛਾਇਆ ਹੇਠ ਜੋ ਲੁੱਟ ਘਸੁੱਟ ਹੋ ਰਹੀ ਹੈ, ਜੇ ਬੰਦ ਨਾ ਕੀਤੀ ਗਈ ਤਾਂ ਬਹੁਤ ਵੱਡਾ ਮੋਰਚਾ ਖੜ੍ਹਾ ਹੋਏਗਾ ਔਰ ਬਹੁਤ ਜ਼ਿਆਦਾ ਜਿਹੜਾ ਬਵਾਲ ਖੜ੍ਹਾ ਹੋ ਸਕਦਾ ਹੈ। ਇਸ ਕਰਕੇ ਮੇਰੀ ਇਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਜੋ 27 ਤਰੀਕ ਨੂੰ ਅਸੀਂ ਇਕੱਠੇ ਹੋ ਰਹੇ ਹਾਂ ਉੱਥੇ ਵੀ ਇਹੋ ਵੀ ਸਾਡੀ ਲੜਾਈ ਕਿਸੇ ਨਾਲ ਨਹੀਂ ਹੈ, ਸਾਡੀ ਲੜਾਈ ਪਾਖੰਡ ਦੇ ਨਾਲ ਹੈ, ਝੂਠ ਦੇ ਨਾਲ ਹੈ ਔਰ ਇੱਕ ਇੱਕ ਕਰਕੇ ਅਸੀਂ ਸਾਰੇ ਪਰਿਵਾਰ ਲੈ ਕੇ ਆਵਾਂਗੇ ਕੈਮਰੇ ਦੇ ਸਾਹਮਣੇ ਜਿਹੜੇ ਲੁੱਟੇ ਗਏ ਨੇ ਜਿਨ੍ਹਾਂ ਦੇ ਨਾਲ ਠੱਗੀਆਂ ਹੋਈਆਂ ਨੇ। ਫਿਰ ਜਦੋਂ ਕੋਈ ਦੁਖੀ ਆਵਾਜ਼ ਚੁੱਕਦਾ ਹੈ ਤਾਂ ਇਹ ਆਪਣੇ ਪੈਸੇ ਦੇ ਦਮ 'ਤੇ ਉਹਨਾਂ ਦੇ ਉੱਤੇ ਜਿਹੜਾ ਦਬਾਅ ਬਣਾਉਂਦੇ ਪਰਚਿਆਂ ਦਾ, ਉਹਨਾਂ ਨੂੰ ਖੱਜਲ ਖਰਾਬ ਕਰਦੇ ਨੇ, ਦੁਖੀ ਕਰਦੇ ਤਾਂ ਕਿ ਕੋਈ ਆਵਾਜ਼ ਨਾ ਚੱਕੇ। ਐਸੀਆਂ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਰੇਪ ਦੀਆਂ ਪੀੜਿਤ ਨੇ, ਐਸੇ ਬਹੁਤ ਸਾਰੇ ਨੌਜਵਾਨ ਜਿਹੜੇ ਫਾਈਨੈਂਸ਼ੀਅਲ ਪੀੜਿਤ ਨੇ ਔਰ ਐਸੇ ਬਹੁਤ ਸਾਰੇ ਪਰਿਵਾਰ ਜਿਹੜੇ ਇਹਨਾਂ ਨੇ ਤੋੜੇ ਨੇ, ਉਹਨਾਂ ਸਾਰਿਆਂ ਬਾਰੇ ਇੱਕ ਇੱਕ ਕਰਕੇ ਹੁਣ ਇਹ ਲੜਾਈ ਇੱਦਾਂ ਦੀ ਨਹੀਂ ਹੈ ਕਿ ਅੱਜ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਪੰਜਾਬ ਦੇ ਜਾਂ ਦੁਨੀਆ ਦੇ ਲੋਕ ਨੇ ਉਹ ਇਸ ਗੱਲ ਤੋਂ ਨਹੀਂ ਸਹਿਮਤ ਹੋ ਰਹੇ ਕਿਉਂਕਿ ਸਾਡੇ ਵਰਗੇ ਬਾਹਰੋਂ ਆਉਂਦੇ ਨੇ, ਆਵਾਜ਼ ਚੁੱਕ ਕੇ ਮੋਰਚਾ ਖੋਲ੍ਹ ਕੇ ਆ ਭੱਜ ਜਾਂਦੇ ਨੇ। ਸੋ ਹੁਣ ਇੱਦਾਂ ਦਾ ਕੁਛ ਨਹੀਂ ਹੋਣ ਵਾਲਾ। ਮੇਰੇ ਜਿਹੜਾ ਜਿਹੜਾ ਪਾਸਪੋਰਟ ਹੈ ਤੁਹਾਨੂੰ ਇਹਨਾਂ ਈਸਾਈਆਂ ਕਹਿ ਦਿੱਤਾ ਅਤੇ ਉਹ ਜ਼ਬਤ ਕਰਾ ਦੇਣਾ ਇਹਨਾਂ ਨੇ ਅਤੇ ਮੇਰੀ ਮੌਜ ਲੱਗ ਜਾਣੀ, ਬਾਹਰ ਮੈਂ ਜਾ ਨਹੀਂ ਸਕਾਂਗਾ ਅਤੇ ਇਹਨਾਂ ਦੀ ਜੜ੍ਹਾਂ ਵਾਸਤੇ ਮੈਂ ਇੱਥੇ ਤੇਲ ਬਣ ਕੇ ਆਇਆ ਔਰ ਬਹੁਤ ਛੇਤੀ ਇਹਨਾਂ ਨੂੰ ਤੁਸੀਂ ਜੇਲ੍ਹ ਦੇ ਪਿਛਲੇ ਪਾਸੇ ਦੇਖੋਗੇ। ਗੁਰੂ ਕਲਗੀਧਰ ਪਿਤਾ ਸਹਾਈ ਹੋਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।